ਨਿਊਯਾਰਕ ਸਪੋਰਟ ਪਬਲਿਕ ਸਕੂਲ ਦੀ ਤਰਫਾਂ ਇਸਲਾਮਿਆਤ ਸਬਜੈਕਟ ਪੜ੍ਹਦਾ ਸੀ। ਪੰਜੀ ਕਲਾਸ ਦੇ ਵਾਰਨ ਕੇ ਅਜੇ ਇਸਲਾਮਿਆਤ ਜੋ ਪਹਿਲੇ ਬਾਪ ਪੜ੍ਹਾਈਂਦਾ ਸੀ ਅਲਕੁਰਾਨੀ ਕਰੀਮ। ਤਾਰੁਫ ਕਰਾਂ ਦਾ ਤਾਰੁਫ ਮੁਆਬ ਨੇ ਲਿਖੀ ਚਲਿਓ ਆ। ਕੁਰਾਨ ਮਜੀਦ ਅੱਲਾਹ ਤਾਲਾ ਜੋ ਆਖਰੀ ਆਸਮਾਨੀ ਕਿਤਾਬ ਆ, ਜੇਕਿ ਨ ਪੰਜੇ ਮਲਾਇਕ ਹਜ਼ਰਤ ਜਿਬਰੀਲ ਅਲੈਹਿਸ ਸਲਾਮ ਜੇ ਜ਼ਰੀਏ ਪੰਜੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੇ ਤਕਰੀਬਨ 23 ਸਾਲਨ ਮੇ ਥੋਰੋ ਥੋਰੋ ਕਰੇ ਨਾਜ਼ਿਲ ਫਰਮਾਇਓ। ਕੁਰਾਨ ਪਾਕ ਦੇ ਨਾਜ਼ਿਲ ਥਿਣ ਦੇ ਮਕਸਦ ਇਨਸਾਨ ਜ਼ਾਤ ਜੀ ਹਿਦਾਇਤ ਐ ਉਨ ਜੀ ਰਹਿਬਰੀ ਕਰਨ ਆਏ। ਕੁਰਾਨ ਕਰੀਮ ਜੀ ਹਿਫਾਜ਼ਤ ਜੂੰ ਅੱਲਾਹ ਤਬਾਰਕ ਤਾਲਾ ਖੁਦ ਕਯੋ ਦੁਨੀਆ ਮੇ ਕਿਤਰਾ ਕਿਤਾਬ ਆਇਆ ਉਨ੍ਹਾਂ ਮੇ ਤਬਦੀਲੂ ਆਯੂੰ, ਉਹ ਖਤਮ ਥੀ ਵਿਆ, ਥੋੜੋ ਅਰਸੋ ਹਲਿਆ ਖਤਮ ਥੀ ਆ, ਪਰ ਅੱਲਾਹ ਤਾਲਾ ਜੋ ਕੁਰਾਨ ਕਰੀਮ ਜੋ ਆਖਰੀ ਆਸਮਾਨੀ ਕਿਤਾਬ ਆ ਉਨ ਮੇ ਕਾ ਬਿ ਤਬਦੀਲ ਅਜੇ ਤਾਈਂ ਨਾ ਆਈ, ਨ ਕੋ ਜ਼ੇਰ ਮੇ ਨ ਕੋ ਜ਼ਬਰ ਮੇ, ਛਾਜੇ ਕਰੇ ਜੋ ਅੱਲਾਹ ਤਬਾਰਕ ਤਾਲਾ ਖੁਦ ਉਹਨਜੋ ਜ਼ੁਲਮੂ ਖਯੋ ਆ। ਸੋ ਮੂੰ ਇਹ ਗੱਲ ਇਹਨੇ ਲਿਖੀ ਜੋ ਕਿਤਾਬ ਲਿਖਿਲ ਆ ਅਤੇ ਕੁਰਾਨ ਪਾਕ ਦੇ ਨਾਜ਼ਿਲ ਥਿਅਣ ਜੋ ਮਕਸਦ ਇਨਸਾਨ ਜਾਤ ਜੀ ਹਿਦਾਇਤ ਐਂ ਰਹਿਬਰੀ ਕਰਨ ਆਏ, ਉਨਜੀ ਹਿਫਾਜ਼ਤ ਜੀ ਜ਼ਿੰਮੇਵਾਰੀ ਅੱਲਾਹ ਤਾਲਾ ਪਾਣ ਖਈ ਆ। ਇਹੋ ਹੀ ਮਕਸਦ ਆ ਜੋ ਸਵਾ ਚੌਦਾਂ ਸੌ ਸਾਲ ਗੁਜ਼ਰਨ ਬਾਵਜੂਦ ਇਹਨੇ ਸੂਰਤ ਮੇ ਮਹਫੂਜ਼ ਆਏ। ਜੇ ਸੂਰਤ ਮੇ ਨਾਜ਼ਿਲ ਕਿਉਂ ਵਿਯੋ ਹੋ ਕੁਰਾਨ ਮਜੀਦ ਤਿਲਾਵਤ ਜੋ ਵੱਡੋ ਸਵਾਬ ਆਏ, ਉਨਜੇ ਹਰ ਹਰਫ ਪੜ੍ਹਨ ਸਾਂ 10 ਨੇਕੂ ਮਿਲੰਦੀਆਂ ਹਨ, ਐਂ ਕੁਰਾਨ ਕਰੀਮ ਖੇ ਯਾਦ ਕਰਨ ਵੀ ਇੱਕ ਵੱਡੀ ਇਬਾਦਤ ਆਏ। ਅੱਛਾ, ਜੋ ਕੁਰਾਨ ਮਜੀਦ ਜੀ ਤਿਲਾਵਤ ਕੰਦੋ ਆ ਅੱਲਾਹ ਤਬਾਰਕ ਤਾਲਾ ਉਹਨੇ ਬਿਨੀ ਜਹਾਨਨ ਜੀ ਕਾਮਯਾਬੀ ਅਤਾ ਫਰਮਾਈਂਦੋ ਆਹੇ। ਇਹ ਕੁਰਾਨ ਮਜੀਦ ਅੱਲਾਹ ਤਾਲਾ ਜੋ ਮੁਕੱਦਸ ਕਿਤਾਬ ਆ ਉਹਨੇ ਕਰੇ ਜਨਮਲ ਉਹਨੇ ਜੀ ਤਿਲਾਵਤ ਕਈ ਵਜੇ ਅਤੇ ਉਹਨਜਾ ਅਦਬ ਸਾਹਮੂੰ ਰੱਖਿਆ ਵਜਨ, ਅਤੇ ਜਨਮਲ ਕੁਰਾਨ ਸ਼ਰੀਫ ਪੜ੍ਹਜੇ ਤੋ ਖਾਮੋਸ਼ੀ ਸਾਂ ਬੁੱਧੋ ਵਜੇ, ਜਾਂ ਜੇ ਜਾਇ ਤੇ ਪੜ੍ਹਜੇ ਤੋ ਉਹ ਜਾ ਉਹ ਪਾਕ ਏ ਸਾਫ਼ ਹੁਜਣ ਘੁਰਜੇ। ਤਬਾਰੋ ਹਿਨ ਕੁਰਾਨ ਕਰੀਮ ਜੇ ਇਨ ਬਾਬ ਪਹਿਰੇ ਮੇ ਆਯਤ ਉਲ ਕੁਰਸੀ ਆ, ਸੂਰਤ ਉਲ ਨਾਸ ਆ, ਸੂਰਤ ਫਲਕ ਆ, ਐਂ ਸੂਰਤ ਫਾਤਿਹਾ ਆਏ ਜੇਕਾ ਉਹਨਜੋ ਤਰਜਮੇ ਸਾਂ ਗੱਡ ਆ, ਐਂ ਤਸ਼ਹੁਦ ਆ ਜੇਕੋ ਪਾਣ ਅਤਿਆਤ ਨਮਾਜ਼ ਵੀ ਪੜ੍ਹਦਾ ਆਯੂੰ, ਉਹ ਆ ਉਹਨਜੀ ਜਿਹੜੀ ਮਾਨਾ ਵਾ ਹੈ। ਸੋ ਆਹਿਸਤਾ ਆਹਿਸਤਾ ਅਸਾਂ ਪੜ੍ਹਦਾ ਅੱਜ ਸ਼ੁਰੂਆਤ ਕਰਾਂਗੇ ਇਨਸ਼ਾਅੱਲਾ ਆਯਤ ਉਲ ਕੁਰਸੀ ਕਾ। ਬਾਰੋ ਇਹ ਆਯਤ ਉਲ ਕੁਰਸੀ ਮੂੰ ਲਿਖੀ, ਇਹ ਆਯਤ ਉਲ ਕੁਰਸੀ ਮਾਮੂਲ ਮੁਤਾਬਿਕ ਤਵਾਂਖੇ ਮਾ ਪੜ੍ਹਾਈ ਤੋਂ ਸਹੀ ਤਵਾਂ ਪੋ ਪੋਇਆ ਵਰ ਜਾਈਂਦੋ। بسم الله الرحمن الرحيم الله لا إله إلا هو الحي القيوم لا تأخذه سنة ولا نوم له ما في السماوات وما في الأرض من ذا الذي يشفع عنده إلا بإذنه يعلم ما بين أيديهم وما خلفهم ولا يحيطون بشيء من علمه إلا بما شاء وسع كرسيه السماوات والأرض ولا يؤوده حفظهما وهو العلي العظيم. بارو اپنی گل نہ بدان مد دی نشانی جتے دی او تے آواز کے تھوڑا ڈرگو چک بوا یہ اللہ لا الہ مدی نشانیا ان کے تے چھکنوا اڑے سادا یہ نہ دے جتے الف ہوندو اوتے چھکنوا جتے الف ہوندو مدندو اوتے چھکنوا جتے زیر ہوندے نہ چھکنوا یہ نہ ہے جی ہا کھڑی زری ہی مدی کرنے کے چھکنوا مندو علم ہی
वारो जिते मदे की निशानी हुई उतने उनके छिकणो पवंदो वरी बो दोहरो रिपीट कर दो بسم الله الرحمن الرحيم الله لا إله إلا هو الحي القيوم لا تأخذه سنة ولا نوم له ما في السماوات وما في الأرض من ذا الذي يشفع عنده إلا بإذنه يعلم ما بين أيديهم وما خلفهم ولا يحيطون بشيء من علمه إلا بما شاء وسع كرسيه السماوات والأرض ولا يؤوده حفظهما وهو العلي العظيم مرو قرآن مجيد ترين سيباري من आयतुल कुर्सी है तुम पढ़ी सो या किताब के पेरे बाब में आयतुल कुर्सी लिखी पी तुम पढ़ी सोता इनके याद कजो आयतुल कुर्सी तुम याद करनी है।